हाँ जी, सत श्रीकाल जी सारे ना। वधिया फार्म यूट्यूब चैनल पर तुहाडा स्वागत है जी। किसान वीरो, अज दे जिहड़ी आपां वीडियो बना रहे हैं, पिंड मलकपुर, तहसील अजनाला ते जिला अमृतसर। अज दी वीडियो दे विच तुहानूं टोटल चार मझां ते तीन गावां जिहड़ियां तुहानूं दिखाउणियां। एक आ गबन गां तुहानूं दिखावांगे ते दो तुहानूं आ तोकड़ा गबना गावां तुहानूं चैक पास जिहड़ियां दिखावांगे। एक आ आयर शायर तोकड़ गबन तुहानूं दिखाउणी आ। गलबात हुण आपां वीर जी नाल करदे हां ते पुछदे हां सारी डिटेल। हाँ जी वीर जी, सत श्रीकाल जी। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਜੀ? ਵਧੀਆ ਵਧੀਆ, ਤੁਸੀਂ ਦੱਸੋ? ਠੀਕ ਠਾਕ ਵਧੀਆ। ਹੋਰ ਚੱਲੀ ਜਾਂਦਾ ਕੰਮ ਕਾਰ? ਹਾਂਜੀ ਵਧੀਆ ਫਿਰ? ਹਾਂਜੀ ਚੱਲੀ ਜਾਂਦਾ। ਠੀਕ ਹੈ, ਹਾਂਜੀ ਵਾਹ ਵਾਹ, ਦਿਨਾਂ ਬਾਅਦ ਹੀ ਦਰਸ਼ਨ ਦਿੰਦੇ ਹਨ ਫਿਰ। ਹਾਂਜੀ ਹਾਂਜੀ ਵੀਰ ਜੀ, ਵੀਡੀਓ ਤੁਹਾਨੂੰ ਪਤਾ ਲੋੜ ਹੀ ਨਹੀਂ ਹੈ। ਅੱਛਾ, ਮਾਲ ਉਦਾਂ ਬੜਾ ਵਿਕੀ ਜਾਂਦਾ। ਠੀਕ ਹਰ ਹੈ, ਕਿਸੇ ਬੰਦੇ ਨੇ ਕਹਿ ਲਿਆ ਸੀ ਨਾਲੇ ਮਿਹਣਾ ਜਿਹਾ ਮਾਰਿਆ, ਮੈਂ ਤੁਹਾਨੂੰ ਸਵੇਰੇ ਵੀਡੀਓ ਪਾ ਕੇ ਵਿਖਾ ਦਿੰਦੇ ਹਾਂ। ਅੱਛਾ, ਹਾਂ ਇੱਦਾਂ ਉਦਾਂ ਕਿ ਮਾਲ ਨਹੀਂ ਲਿਆਉਂਦੇ, ਮੈਂ ਲਿਆਈਦਾ ਤਾਂ ਹੈਗਾ, ਉਦਾਂ ਵੇਖ ਜਾਂਦਾ। ਨਹੀਂ, ਮੈਂ ਤੁਹਾਨੂੰ ਮਿਹਣਾ ਕੀ ਮਾਰਤਾ ਜਿਹੜਾ ਕਿ ਕਿ ਏਡੇ ਮਾਲ ਵੀਡੀਓ ਮੂਲ ਪਾਉਣ ਨਹੀਂ ਦੀ ਲੋੜ ਲਿਆਉਂਦੇ ਪੈ ਗਈ? ਕੀ ਹੁੰਦਾ, ਮਾਲ ਮੂਲ ਨਹੀਂ ਲਿਆਉਂਦੇ, ਹੁਣ ਕੀ ਗੱਲ ਹੋ ਗਈ ਹੈ? ਅੱਛਾ, ਮੈਂ ਮਾਲ ਤੇ ਜਾਈਦਾ ਉਦਾਂ ਵੇਖ ਜਾਂਦਾ ਅੱਛਾ ਵੀਡੀਓ ਤੋਂ ਬਿਨਾਂ ਹੀ। ਅੱਛਾ, ਤੇ ਅੱਜ 7-8 ਪਸ਼ੂ ਹੈਗੇ ਆ, ਫਿਰ ਪਾ ਦਿੰਦੇ ਆ। ਠੀਕ ਹੈ, ਅੱਜ ਫਿਰ ਜਵਾਬ ਦੇ ਦੇਣਾ ਮੈਨੂੰ ਤਾਂ ਕਿ। ਹੋਰ ਠੀਕ ਹੈ, ਚਲੋ ਹਾਂਜੀ ਵਧੀਆ ਕਿ ਇਤਨੇ, ਚਲੋ ਇਸੇ ਬਹਾਨੇ ਤੁਹਾਡੇ ਦਰਸ਼ਨ ਕਰਨ ਦੇ ਹਾਂਜੀ ਹਾਂਜੀ ਮੌਕਾ ਮਿਲਿਆ। ਅਸੀਂ ਤਾਂ ਕਹਿੰਦੇ ਰੋਜ਼ ਮਿਹਣੇ ਮਾਰਨੇ ਤੁਹਾਨੂੰ ਕੋਈ ਨਾ ਕੋਈ। ਬਾਕੀ ਆਪਣਾ ਪ੍ਰੇਮ ਪਿਆਰ ਕਾਫੀ ਆ ਵੀਰ ਜੀ ਹੋਣਾਂ ਦੇ ਨਾਲ, ਭਾਵੇਂ ਵੀਡੀਓ ਆਹ ਘੱਟ ਬਣਦੀ ਆ। ਪਹਿਲਾਂ ਕਿੰਨੀਆਂ ਵੀਡੀਓ ਪਾਈ ਦੇ, ਇੱਕ ਦਿਨ ਛੱਡ ਕੇ ਵੀਡੀਓ ਪਹਿਲਾਂ ਤੇ ਪਾਈਆਂ। ਆਪਾਂ ਕਾਫੀ ਵੀਡੀਓ ਜਿਹੜਾ ਉਹੀ ਫਿਰ ਗਾ ਕੇ ਪੱਕੇ ਫਿਰ ਲੱਗੇ ਆ ਤੁਹਾਡੇ ਕੋਲ, ਹਾਂਜੀ ਉਹੀ ਦੁਬਾਰਾ ਦੁਬਾਰਾ ਪਸ਼ੂ ਫਿਰ ਇੱਕ ਲਈ ਵੀਡੀਓ ਜਾਂਦੇ। ਪੈ ਜਾਏ ਤਾਂ ਮਹੀਨਾ ਦਾ ਉਦਾਂ ਫੋਨ ਆਉਂਦੇ ਰਹਿੰਦੇ ਆ। ਅੱਛਾ, ਹਾਂਜੀ ਵੀਡੀਓ ਦੇ ਤੁਹਾਨੂੰ ਪਤਾ ਠੀਕ ਇੱਕ ਜਦੋਂ ਪੈ ਜਾਏ ਤੇ ਫਿਰ ਫੋਨ ਆਉਂਦੇ ਆ। ਬਾਕੀ ਉਤਰਾ ਵੀ ਆਪਣਾ ਸਾਰੇ ਪੁਰਾਣਾ ਵੀਰਾਂ ਪ੍ਰੇਮ ਨੂੰ ਪਿਆਰ ਦਿਮਾਗ ਨਹੀਂ ਬਣਿਆ ਜਾਂਦਾ ਤੇ ਜਦੋਂ ਮਾਲ ਗੱਲਬਾਤ 5-6 ਵੀ ਡੰਗਰ ਪਾਈਦੇ ਤੁਹਾਨੂੰ ਪਤਾ। ਠੀਕ ਠੀਕ ਹੈ, ਖਰੀਦਣ ਵਾਲੇ ਜ਼ਿਆਦਾ ਹੁੰਦੇ ਆ। ਹਾਂਜੀ ਉਹ ਹਾਂਜੀ, ਫਿਰ ਫੋਨ ਤੇ ਕਨੈਕਟ ਹੋ ਜਾਂਦਾ, WhatsApp ਤੇ ਵੀਡੀਓ ਪਾ ਦਿੰਦੀਆਂ। ਠੀਕ ਹੈ, ਹਾਂਜੀ ਵੀਡੀਓ ਭਾਵੇਂ ਆਪਣੀ ਘੱਟ ਬਣਦੀ ਹੈ, ਉਤਰਾ ਫੋਨ ਤੇ ਤਾਂ ਗੱਲਬਾਤ ਹੁੰਦੀ ਹਾਂਜੀ ਰਹਿੰਦੀ ਹੈ ਆਪਣੀ। ਹਾਂਜੀ ਹਾਂਜੀ ਠੀਕ ਹੈ, ਤੇ ਸ਼ੁਰੂਆਤ ਫਿਰ ਆ ਤੋਕੜ ਗੱਪਨ ਤੇ ਕਰ ਲਈਏ ਆਪਾਂ। ਹਾਂਜੀ, ਕਿੰਨਵਾਂ ਸੂਆ ਸੋਨਾ ਜੀ ਵੀਰ ਜੀ ਨੇ? ਇਹ ਵਿੱਚ ਦੂਜੇ ਸੂਏ ਸੋਨਾ ਜੇ, ਤੇ ਕਿੰਨੇ ਚਿਰ ਦੀ ਚੈੱਕ ਪਾਸ 'ਚ? 3 ਮਹੀਨਿਆਂ ਦੀ ਚੈੱਕ ਪਾਸ ਜੇ। ਤੇ ਦੁੱਧ ਕਿੰਨਾ ਮੌਕੇ ਤੇ? ਦੁੱਧ 7 ਲੀਟਰ ਹੋਏਗਾ। ਅੱਛਾ, ਹਾਂਜੀ ਕੰਡੇ ਵਾਲਾ ਜਿਹੜਾ, ਬਿਲਕੁਲ। ਤੇ ਸੱਜਰ ਕਿੰਨਾ ਕੁ ਚਵਾ ਦਿੰਦੀ ਦੁੱਧ? ਸੱਜਰ 15-16 ਲੀਟਰ ਚਵਾ ਦਿੰਦੀ ਜੀ। ਖੋਲੋ ਫਿਰ ਤੋਰੀਏ ਇਹਨੂੰ। ਹਾਂ ਦੇ ਸਕਦੇ ਜੀ, ਬਾਕੀ ਆਇਰ ਸ਼ਾਇਰ 'ਚ ਆ ਤੇ ਕੱਦ ਕਾਠ ਦੀ ਜਿਹੜੀ ਚੰਗੀ ਆ। ਤੇ ਦੁੱਧ ਮੌਕੇ ਤੇ ਜਿਹੜਾ ਵਾ ਇਹਦੇ ਕੋਲ 7 ਲੀਟਰ ਜਿਹੜਾ ਦੱਸ ਦੇ ਤਿਆਰ। ਠੀਕ ਹੈ ਵੀਰ ਜੀ, ਲੈ ਜਾਓ ਘੁਮਾ ਕੇ। ਅਤੇ ਉਂਝ ਬੋਡੀ ਵੇਟ ਵੀ ਜਿਹੜਾ ਚੰਗਾ ਹੈ, ਸਾਂਭੀ ਸੁੰਭੀ ਵੀ ਚੰਗੀ ਆ। ਅਤੇ ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਹੈ। ਅਤੇ ਕੀ ਮੁੱਲ ਜੇ ਵੀਰ ਜੀ ਇਹਦਾ ਫਿਰ? ਮੁੱਲ ਵੀਰ ਜੀ ਇਹ ਅੱਜ ਅੱਧੇ ਰੇਟ 'ਚ ਦੇ ਦੇਣੀ ਆ ਵਾ, ਅੱਛਾ ਤੁਹਾਨੂੰ ਪਤਾ ਤੋਕੜ ਗੱਭਣ ਆ। ਹਾਂਜੀ ਹਾਂਜੀ, ਨਾਲੇ ਤਾਂ ਕਿਸੇ ਨੇ 4-5 ਮਹੀਨੇ ਕੋਈ ਦੁੱਧ ਪੀ ਲਏਗਾ। ਠੀਕ ਹੈ, ਨਾਲੇ ਸਮਝੋ ਕਮੇਟੀ ਪੈ ਗਈ ਹੈ। ਅੱਛਾ ਹਾਂਜੀ, ਅੱਧੇ ਮੁੱਲ 'ਚ ਦੇ ਦੇਣੀ ਆ, ਉੱਦਾਂ ਤਾਂ 50,000 ਦੀ ਵੈਲ ਆ। ਠੀਕ ਹੈ, ਦੇ ਦਾਂਗੇ 30,000 ਦੀ, ਤੇ 30 ਫਿਰ ਅੱਧਾ ਮੁੱਲ ਥੋੜ੍ਹਾ ਹੋਇਆ, ਫਿਰ 2,000 ਹੋਰ ਘੱਟ ਕਰ ਲਾਂਗੇ, 28 ਦੀ 28 ਦੀ ਹੋ ਜਾਊਗੀ। ਤੇ ਮੌਕੇ ਤੇ ਜ਼ਿਆਦਾ ਅੱਧੇ ਤੱਕ ਛੱਡਣੀ ਆ, ਕੋਈ ਨਹੀਂ ਕਰ ਲਾਂਗੇ, ਫੋਨ ਲਾਵੇ ਕੋਈ। ਹਾਂਜੀ ਠੀਕ ਦੇ ਹੈ ਦਾਂਗੇ ਜੀ, 26,000 ਦੀ ਜਦ ਤੂੰ ਅੱਛਾ ਕਹਿਤਾ ਨਾ। ਅੱਛਾ, ਦੇ ਦਾਂਗੇ 26 ਦੀ ਦੇ ਦੋਗੇ ਫਿਰ? ਦੇ ਦਾਂਗੇ ਦੇ ਦਾਂਗੇ। ਠੀਕ ਹੈ ਜੀ, ਚਲੋ ਫਿਰ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਆ, ਇਹਦੇ ਬਾਰੇ ਦੱਸਣ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਤੇ ਹੈਗੀ ਜਿਹੜੀ ਪੂਰੀ ਠੰਡੀ ਧੀਰੀ ਆ, ਕੋਈ ਗੱਲ ਨਹੀਂ ਉਹੋ ਜੀ, ਜਿਸ ਤਰ੍ਹਾਂ ਮਰਜ਼ੀ ਥੱਲੇ ਪਓ। ਠੀਕ ਹੈ ਜੀ, ਅਤੇ ਹੁਣ ਜਿਹੜੀ ਦੂਸਰੇ ਨੰਬਰ 'ਤੇ ਤੁਹਾਨੂੰ ਦਿਖਾਉਣੀ ਆ, ਆ ਦੇਖ ਸਕਦੇ ਜੀ, ਅਤੇ ਥਾਨ ਵੀ ਇਹਦੇ ਇੱਕ ਵਾਰੀ ਲੱਗ ਕੇ ਤਾਂ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਦੱਸੀਏ ਇਹਦੇ ਬਾਰੇ ਵੀ। ਇਹ ਵੀਰ ਜੀ 20 ਤਰੀਕ ਨੂੰ 8ਵਾਂ ਮਹੀਨਾ ਲੱਗ ਗਿਆ ਜੀ। ਅੱਛਾ, ਅਤੇ 8 ਕਿਲੋ ਦੁੱਧ ਜੇ ਕੰਡੇ ਵਾਲਾ, 8 ਲੀਟਰ ਦੁੱਧ ਹੈਗਾ ਇਹਦੇ ਕੋਲ ਪੱਕਾ? ਹਾਂਜੀ। ਅੱਛਾ ਜੀ, ਜਿੰਨਾ ਕੋਲ ਲਈ ਉਹ ਵੀਰ ਕਹਿੰਦਾ ਵੀ ਇਹਨੂੰ ਛੱਡਣ ਦੀ ਲੋੜ ਨਹੀਂ ਆ, ਅੱਛਾ ਜਦ ਤੱਕ ਸੁਣਦੀ 2-4 ਦਿਨ ਪਹਿਲਾਂ ਭਾਵੇਂ ਅੰਦਾ ਅੱਛਾ ਛੱਡੀ ਦੀ ਆ। ਅੱਛਾ ਹਾਂਜੀ, ਤੇ ਮਤਲਬ ਹੁਣ 7 ਮਹੀਨਾ ਦੀ ਗੱਭਣ ਜਿਹੜੀ ਪੂਰੀ ਚੈੱਕ ਪਾਸ ਆ? ਹਾਂਜੀ, 7 ਮਹੀਨੇ ਪੂਰੇ ਹੋ ਗਏ ਨੂੰ, ਤੇ ਇਹਦੇ 8ਵਾਂ ਮਹੀਨਾ 20 ਤਰੀਕ ਨੂੰ ਲੱਗ ਗਿਆ ਜੀ। ਤੇ ਵੀਡੀਓ ਵੀ ਤੁਸੀਂ ਬਣਾਈਆਂ ਨਾ ਇਹਨਾਂ ਦੀਆਂ ਚੈੱਕ ਕਰਨ? ਹਾਂਜੀ, ਉਹ ਡਾਕਟਰ ਦੀ ਜਦੋਂ ਚੈੱਕ ਕੀਤੀ ਉਹਦੀ ਵੀਡੀਓ ਬਣੀਆਂ ਵਾ, ਤੇ ਕੋਈ ਸੈਂਡ ਵੀ ਕਰ ਦੋਗੇ? ਕੋਈ ਸੈਂਡ ਕਰ ਦਾਂਗੇ ਜੇ ਕੋਈ ਵੀਰ ਕਹੂਗਾ ਤੇ। ਠੀਕ ਆ, ਹਾਂਜੀ ਹਾਂਜੀ, ਤੇ ਇਹਦਾ ਕੀ ਮੁੱਲ ਜੇ ਫਿਰ? ਇਹਦਾ ਵੀਰ ਜੀ ਬੈਣੀ ਵਾਲੇ ਬੰਦੇ ਦਾ। ਅੱਛਾ, ਬੈਣੀ ਤਾਂ ਦੂਸਰੇ ਪਾਸੇ ਦਾ ਜਿਹੜਾ ਬੰਦੇ ਦਾ ਖਰਚਾ ਆੜਾ ਥਣ ਘੱਟ ਜੇ ਆੜਾ, ਆਹ ਥਾਂ ਇੱਕ ਜਿਹੜਾ ਘੱਟ ਆ, ਅੱਧਾ ਥਾਂ ਮੰਨੋ ਪਰ ਆਪਾਂ ਤਿਲਣਾ ਜੀ ਦੇਣੀ ਆ। ਅੱਛਾ, ਅੱਧਾ ਥਾਂ ਹੈਗਾ ਉਸ ਤਰ੍ਹਾਂ? ਹਾਂਜੀ, ਅੱਧਾ ਥਾਂ ਹੈਗਾ ਉਸ ਤਰ੍ਹਾਂ। ਅੱਛਾ, ਕਿਸੇ ਵੇਲੇ ਕੋਈ ਕਹਿ ਦਿੰਦਾ ਵਾ ਵੀਰ ਜੀ ਇਹ 'ਚੋਂ 2 ਤਾਰੇ ਆਈਆਂ 4 ਤਾਰੇ ਆਈਆਂ, ਆਪਾਂ ਤਿਲਣਾ ਕਰਕੇ ਦੇਣੀ ਆ। ਅੱਛਾ, ਥਾਂ ਵੈਸੇ ਅੱਧਾ ਹੋਊਗਾ। ਅੱਛਾ, ਪਰ ਚੱਲਦਾ ਹੈਗਾ ਵਾ, ਦੇਣੀ ਆਪਾਂ ਤਿਲਣਾ ਜੀ ਆ। ਠੀਕ ਹੈ, ਮਤਲਬ ਕਿਉਂਕਿ ਕੋਈ ਚੱਲਦਾ ਵਾ ਮੁੜ ਕੇ ਦੇਵੇ ਵੀਰ ਜੀ ਇਹ 'ਚੋਂ 2 ਤਾਰਾਂ ਆਉਂਦੀਆਂ, ਅੱਧੀਆਂ ਪੂਰੀਆਂ ਨਹੀਂ ਆਉਂਦੀਆਂ, ਫਿਰ ਉਹ ਚੰਗੇ ਨਹੀਂ ਲੱਗੀ ਤਾਂ ਪਹਿਲਾਂ ਤਿਲਣਾ 'ਚ ਦੇਣੀ ਆ। ਤੇ ਕੋਈ ਇਲਾਜ ਕਰਾ ਲਏ ਤੇ ਸੈੱਟ ਵੀ ਹੋ ਸਕਦਾ ਨਾ? ਇਹਨੂੰ ਟੀਕੇ ਲਵਾਏ ਉਹਨਾਂ ਨੇ। ਅੱਛਾ, ਕਹਿੰਦਾ ਵੀ ਜਦੋਂ ਸੂਪੀ ਥਾਨ ਪੂਰਾ ਹੋ ਜਾਏਗਾ 2,000 ਰੁਪਈਆ ਆਂਦਾ ਲੱਗੇ ਆ। ਅੱਛਾ, ਜਿੰਨਾ ਕੋਈ ਆਂਦੀ ਆ। ਤੇ ਇਹਦਾ
ਇਹਦਾ ਮਤਲਬ ਵੀਰ ਜੀ 25000 ਕਰ ਲਈਏ ਭਾਂ 26 ਕਰ ਲਈਏ। ਅੱਛਾ 22000 ਦੀ ਨੈਟ ਦੇ ਦੋ। 22000 ਦੀ ਦੇ ਦੋ। ਹਾਂਜੀ ਦੁੱਧ ਮੁੱਕ ਤੇ 8 ਜੇ ਲੀਟਰ ਪੂਰਾ ਆ ਜਾਓ ਤਾਂ ਤੁਹਾਨੂੰ ਪਤਾ 55-60000 ਦੀ ਗਾੜ ਜਿੱਤਾਂ ਦੀ ਹੈ। ਠੀਕ ਹੈ। 18-19 ਕਿਲੋ ਦੁੱਧ ਭਰਿਆ ਨੇ ਪਹਿਲੇ ਸੂਵੇ। ਅੱਛਾ ਹੁਣ ਦੂਸਰੇ ਸੂਵੇ ਵਾਸਤੇ ਗੱਬਣ ਜੇ। ਠੀਕ ਹੈ ਖੋਲੋ ਹਾਂ ਫਿਰ ਤੋਰੀ। ਕੋਈ ਆ ਸੱਤਾਂ ਮਹੀਨਿਆਂ ਦੇ ਗੱਬਣ ਆ ਤੇ 7 ਲੀਟਰ ਜਿਹੜਾ ਦੁੱਧ ਹੈ ਇਹਦੇ ਕੋਲ ਲੈ ਜਾ ਵੀਰ ਜੀ। 7-8 ਲੀਟਰ ਦੁੱਧ ਜਿਹੜਾ ਹੈਗਾ ਵਾ ਤੇ ਹੁਣ ਜਿਹੜੀ ਇੱਕ ਗਾਂ ਦਾ ਨਹੋਰ ਗੱਬਣ ਤੁਹਾਨੂੰ ਦਿਖਾਉਣੀ ਆ ਜਰਸੀ ਕਰੋਸ ਆ ਜਿਹੜੀ ਆ ਵੀ ਹਾਂ ਦੇ ਸਕਦੇ ਥਾਣੇ ਦੇ ਲਾਗੇ ਦੇ ਕਰੀ ਦੱਸੀਏ ਵਿਧੀ ਇਹਦੇ ਬਾਰੇ। ਹਾਂਜੀ ਵੀਰ ਜੀ ਇਹ ਦੂਜੇ ਸੂਬੇ ਘਰ ਵਾਲੇ ਕਹਿੰਦੇ ਸੁਣੀ ਆ ਪਰ ਆਪਾਂ ਤੀਜੇ ਕਹਿ ਕੇ ਦੇਵਾਂਗੇ। ਅੱਛਾ ਹਾਂਜੀ ਸਾਂਭੀ ਸੁੰਭੀ ਚੰਗੀ ਆ ਨਾ। ਹਾਂਜੀ ਹਾਂਜੀ ਬਾਕੀ ਰਾਜੂ ਜੀ ਪੂਰੀ ਕੱਦ ਕੁੱਦ ਵੀ ਚੰਗਾ। ਠੀਕ ਆ ਹਾਂਜੀ ਤੇ ਕਿੰਨਾ ਕੁ ਟਾਈਮ ਸੁਣ ਚ ਖੜਦੀ ਜੀ? 10 ਦਿਨ ਲੈ ਜਾਂਦੇ ਪੂਰੇ ਵੀਰ ਜੀ। 10 ਦਿਨ ਲੈ ਜੀ। 10 ਦਿਨ ਜਾਨੀ ਕਿ 8-10 ਦਿਨ ਤੇ ਦੁੱਧ ਕਿੰਨਾ ਚਵਾ ਦੋਗੀ? ਦੁੱਧ 17-18 ਕਿਲੋ ਆਰਾਮ ਨਾਲ ਪਾ ਦੋਗੀ। ਇਹਦਾ ਮੁੱਲ? ਇਹਦਾ ਮੁੱਲ ਵੀਰ ਜੀ ਭਾਂ 40 ਕਰੀਏ ਭਾਂ 42 37000 ਦੀ ਦੇ ਦਾਂਗੇ। ਅੱਛਾ ਹਾਂਜੀ 37000 ਦੀ ਦੇ ਦੋਗੇ। ਦੇ ਦਾਂਗੇ ਹੋ ਜੂ ਮਾਨ ਤਨ ਵਿੱਚੋਂ 19-21 ਹੋ ਜੂ ਥੋੜੀ ਬਹੁਤੀ। ਅੱਛਾ ਹਾਂਜੀ ਚਲੋ ਵੱਧ ਕਰ ਦਿਓ ਮਾਸਾ। ਚਲੋ ਕੋਈ ਨਹੀਂ ਮੌਕੇ ਤੇ ਵੇਖ ਲਾਂਗੇ। ਠੀਕ ਹੈ ਜੀ ਖੋਲੋ ਹਵੇ ਤੋਰੀ ਇੱਕ ਕਰੀ ਹੁਣ ਜਿਹੜੀ ਸਾਂਭੀ ਸੁੰਭੀ ਚੰਗੀ ਆ ਠੀਕ ਹੈ ਵੀਰ ਜੀ ਲੈ ਜਾ ਜੀ। ਹਵਾਨਾ ਜੀ ਢਿੱਲਾਂ ਜਿਹੜੀਆਂ ਕਾਫੀ ਆ ਹਲੇ ਖੁੱਲਾ ਹਵਾਨਾ ਤਿਆਰ ਕਰੋਗੀ? ਢਿੱਲਾਂ ਬੜੀਆਂ। ਠੀਕ ਹੈ ਜੀ ਤੇ ਹੁਣ ਮੱਝਾਂ ਜਿਹੜੀਆਂ ਤੁਹਾਨੂੰ 4 ਦਿਖਾਉਣੀਆਂ ਵਾ ਉਂਝ ਜਿਹੜੀ ਠੰਡੀ ਧੀਰੀ ਆ ਪੂਰੀ ਹਾਂ ਦੇਖ ਸਕਦੇ ਜੀ। ਠੀਕ ਹੈ ਜੀ ਚਲੋ ਠੀਕ ਜੇ ਵੀਰ ਜੀ ਮੱਝਾਂ ਦਿਖਾਈਏ ਹੁਣ ਜਿਹੜੀ ਇੱਕ ਆ ਸੂਈ ਮੱਝ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਥਾਣੇ ਦੇ ਕਰੀ ਦੇਖ ਸਕਦੇ ਜੇ ਲਾਗੇ ਦਾ ਦੱਸੀਏ ਵੀਰ ਜੀ ਕਿੰਨਾ ਚਿਰ ਹੋਇਆ ਜਿਹਨੇ ਸੂਈ ਨੂੰ? ਮਹੀਨਾ ਹੋ ਗਿਆ ਵੀਰ ਜੀ ਸੂਈ ਨੂੰ। ਮਹੀਨਾ ਹੋ ਗਿਆ ਬੱਚਾ ਕੀ ਚਿਰ ਮਗਰ ਕੱਟਿਆ ਜੀ? ਅੱਛਾ ਉਹ ਬੱਚਾ ਵਿਖਾ ਦੋ ਆਹ ਕੱਟਾ ਆ ਜਿਹੜਾ ਇਹਦਾ ਤੇ ਦੁੱਧ ਕਿੰਨਾ ਵਿਧੀ ਇਹਦੇ ਕੋਲ? 8 ਕਿਲੋ ਜੀ। 8 ਲੀਟਰ ਹੈਗਾ ਜੀ ਪੱਕਾ ਦੁੱਧ? ਹਾਂਜੀ ਹਾਂਜੀ ਪੱਕਾ ਕੰਡੇ ਵਾਲਾ ਹੋਊਗਾ 8 ਲੀਟਰ। ਠੀਕ ਹੈ ਤੇ ਸੂਆ ਕਿੰਨਵਾ ਹੋ ਗਿਆ? ਬਾਕੀ ਸੂਈ ਕੋਈ ਚੋ ਗਿਆ ਖੜੇ ਦੋ ਟਾਈਮ। ਅੱਛਾ ਹਾਂਜੀ ਤੇ ਆਪਣੀ ਤਸੱਲੀ ਕਰਕੇ ਕੋਈ ਸੂਆ ਕਿੰਨਵਾ ਹੋਊਗਾ ਇਹਦਾ? ਤੀਜੇ ਸੂਏ ਸੂਈ ਜੇ ਮਿਲਦੀ। ਅੱਛਾ ਹਾਂਜੀ ਖੋਲੀਏ ਹਾਂ ਫਿਰ ਤੋਰੀਏ ਦੁੱਧ ਮੁੱਕ ਤੇ ਜਿਹੜਾ 8 ਲੀਟਰ ਤਿਆਰ ਦੱਸ ਦੇ ਇਹਦੇ ਕੋਲ ਸੂਈ ਸਵਾਈ ਆ ਇੱਥੇ ਆ ਕੇ ਤਸੱਲੀ ਕਰਕੇ ਖੜੋ ਆਪਣੀ ਠੀਕ ਹੈ ਵੀਰ ਜੀ ਲੈ ਜਾਓ ਜੀ ਇਹਦਾ ਮੁੱਲ ਕੀ ਜੇ ਵੀਰ ਜੀ ਫਿਰ? ਇਹਦਾ ਮੁੱਲ ਵੀਰ ਜੀ ਭਾਵੇਂ 55 ਕਰੀਏ ਭਾਵੇਂ 56। ਅੱਛਾ ਦੇ ਦਾਂਗੇ 53000 ਦੀ। 53 ਦੀ ਹੋ ਜੂ ਮਾਨ ਤਨ ਵਿੱਚੋਂ ਜੈ ਜੀ ਮੰਗੇ ਬਸ 500-400 ਕਰ ਦਾਂਗੇ ਛੋੜ। ਅੱਛਾ ਹਾਂਜੀ ਹੋਰ ਜੈਸ ਨਾ ਕਿੰਨੇ ਦੀ ਹੋ ਜੂਗੀ? 52 ਦੇ ਦਾਂਗੇ। 52 ਦੀ ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦਿਓ ਮਾਨ ਫਿਰ। ਕੋਈ ਨਹੀਂ ਕਰ ਦਾਂਗੇ ਮਾਨ ਤਾਂ। ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀਆਂ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਵਾ ਤਿੰਨੇ ਜਿਹੜੀਆਂ ਚੰਗੇ ਬੋਡੀ ਵੇਟ ਵਾਲੀਆਂ ਤੇ ਚੰਗੇ ਕੱਦ ਕਾਠ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂ ਦੇਖ ਸਕਦੇ ਇਹਦੇ ਥਾਂ ਇੱਕ ਹੀ ਲੱਗੇ ਤਾਂ ਕਿੰਨਵਾਂ ਸੂਆ ਸੁਣਾ ਜੀ ਵੀਰ ਜੀ ਨੇ? ਵੀਰ ਜੀ ਨੇ ਦੂਜੇ ਸੂਬੇ ਸੁਣਾ ਜੇ। ਠੀਕ ਹੈ ਤੇ ਕਿੰਨਾ ਦੁੱਧ ਚਵਾ ਦੂਗੀ ਇਹ? ਦੁੱਧ 10-11 ਲੀਟਰ ਪਹਿਲੇ ਸੂਬੇ ਚਵਾਇਆ ਇਹਨੇ। ਅੱਛਾ ਹੁਣ ਲੀਟਰ ਵੱਧ ਦੇ ਦੇਗੀ 12 ਲੀਟਰ ਚਵਾ ਦੇਗੀ 12 ਤੱਕ ਤਈ ਜਾਊਗੀ ਤੇ ਬਾਕੀ ਪਤਾ ਮੌਕੇ ਤੇ ਤੁਹਾਨੂੰ ਪਤਾ ਆਪਾਂ ਕਿਹੜੇ ਕਰਦੀਆਂ। ਹਾਂਜੀ ਹਾਂਜੀ ਤੇ ਕੱਦ ਵਜਨ ਪੂਰਾ ਵਾ ਮੱਝਾਂ ਚੰਗੀਆਂ ਵਾ। ਹਾਂਜੀ ਹਾਂਜੀ ਇਹ ਮੱਝਾਂ ਤਿੰਨੇ ਜ਼ਿਆਦਾ ਆ
ਕੱਠੀਆਂ ਲਿਆਂਦੀਆਂ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਖੜਦੀ ਜੀ ਇਹ ਸੌਣ ਚ ਇਹ 15 20 ਦਿਨ ਲੱਗ ਜੂਗੀ 15 20 ਦਿਨ ਲੱਗ ਜੂਗੀ ਹਾਂਜੀ ਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ ਜੇ ਤੇ ਤਿਆਰ ਹੁੰਦੀ ਭਾਵੇਂ ਲੱਖ ਰੁਪਿਆ ਕਰ ਲੈਂਦੇ ਹਾਂਜੀ ਹਾਂਜੀ ਅੱਜ ਵੇਖਦੀ ਸੀ ਹੁਣ ਜਾਇਜ਼ ਰੇਟ ਤੇ ਦੇ ਦੇਣੀਆਂ ਕਿੰਨੇ ਸਾਹਮਣੀਆਂ ਪੈਣੀਆਂ ਤੁਹਾਨੂੰ ਪਤਾ ਹੀ ਹੈ ਹਾਂਜੀ 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 ਕਿੰਨਾ ਰਕਮ ਬਣਾ ਵਾਲੇ ਬੰਦੇ ਨੂੰ ਕੋਈ 5-4 ਹਜ਼ਾਰ ਲੱਭੂ ਫੇਰੀ ਇਹ ਤੇ ਗੱਲ ਤੁਹਾਡੀ ਸਹੀ ਜੇ ਕੁਛ ਤੇ ਰਾਤ ਮਿਲੂਗੀ ਫੇਰੀ ਕਿੰਨੀ ਕਿ ਰਾਤ ਦੇ ਦੇਣੀ ਦੇ ਦਾਂਗੇ 75000 ਦੀ 75 ਦੀ ਦੇ ਦੋਗੇ ਹੋ ਜਾਊਗਾ ਮਨ ਤਨ ਵਿੱਚੋਂ ਕਰਦਾ ਪੂਰੇ 70 ਦੀ ਦੇ ਦਾਂਗੇ ਅੱਛਾ 70 ਦੀ ਕਰ ਦੋਗੇ ਮੱਝ ਤੇ ਤਿਆਰ ਕਰਕੇ 15 ਦਿਨਾਂ ਬਾਅਦ ਤੁਹਾਨੂੰ ਪਤਾ 80-85 ਹਜ਼ਾਰ ਦੀ ਠੀਕ ਹੈ ਜੀ ਖੋਲੋ ਹਾਂ ਫਿਰ ਦੋਰੀ ਖਾਓ ਵੇਖੋ ਥਣ ਜਿਹੜਾ ਚੰਗਾ ਲੱਗਾ ਇਹਦੇ ਕੋਲ ਆਹ ਦੇਖ ਸਕਦੇ ਬਾਕੀ ਹੁਣ ਦੁੱਧ ਲਾਉਣ ਦੇ ਹੈ ਹਾਂਜੀ ਦੁੱਧ ਲਾਉਣਾ ਜਿਹੜਾ ਸ਼ੁਰੂ ਕਰਤਾ ਇਹਨੇ ਬਾਕੀ ਸਿੰਗਾ ਤਾਂ ਵੀ ਚੰਗੀ ਆ ਚੰਗੇ ਕੱਦ ਕਾਠ ਦੀ ਆ ਕੋਈ ਛੋਟੀ ਛੋਟੀ ਨਹੀਂ ਆ ਵੱਡੀ ਛੋਟੀ ਆ ਜੇ ਬਾਕੀ ਸਾਂਭੀ ਸੁੰਭੀ ਵੀ ਚੰਗੀ ਆ ਠੀਕ ਹੈ ਵੀਰ ਜੀ ਲੈ ਜਾਓ ਜੀ ਚਿਹਰਾ ਇਹਦਾ ਇੱਕ ਵਾਰੀ ਫਿਰ ਤਾਂ ਦੇਖ ਸਕਦੇ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਚਿਹਰੇ ਦੀ ਜਿਹੜੀ ਇਹ ਵੀ ਕਾਫੀ ਖੂਬਸੂਰਤ ਆ ਅਤੇ ਬੋਡੀ ਵੇਟ ਅਤੇ ਕੱਦ ਕੱਠ ਜਿਹੜਾ ਇਹਦਾ ਵੀ ਚੰਗਾ ਵਾ ਤਿੰਨੇ ਝੋਟੀਆਂ ਜਿਹੜੀਆਂ ਕਾਫੀ ਚੰਗੀ ਕੁਆਲਿਟੀ ਦੀਆਂ ਵਾ ਅਤੇ ਇੰਨੇ ਵੇਦੀ ਕਿੰਨਵਾਂ ਸੂਆ ਸੋਨਾ ਜੀ ਇਹ ਵੇਦੀ ਦੂਜੇ ਸੂਏ ਸੋਨੀ ਜੀ ਦੂਸਰਾ ਸੂਆ ਆ ਹਾਂਜੀ ਅਤੇ ਇਹ ਕਿੰਨਾ ਟਾਈਮ ਸੋਨ ਜੇ ਖੜਦੀ ਜੀ ਇਹ ਵੀ ਜੀ 2-2.5 ਮਹੀਨੇ ਖੜਨੇ ਜੇ ਨੇ ਅੱਛਾ ਇਹ ਥੋੜ੍ਹਾ ਟਾਈਮ ਵੱਧ ਖੜਦੀ ਹਾਂਜੀ ਹਾਂਜੀ ਠੀਕ ਆ ਤੇ ਦੁੱਧਾਂ ਛੱਡੀ ਫਿਰ ਹੁਣ ਇਹਨੂੰ 5 ਤਰੀਕ ਨੂੰ ਲੱਗਣਾ ਇਹਨੂੰ 8ਵਾਂ ਮਹੀਨਾ ਅੱਛਾ 9ਵਾਂ ਸੌਰੀ 9ਵਾਂ ਮਹੀਨਾ ਲੱਗਣਾ ਵਾ ਤੇ ਦੁੱਧੋਂ ਛੱਡੀ ਆ ਨਾ ਹਾਂਜੀ ਦੁੱਧੋਂ ਛੱਡੀ ਇਹ ਕਿੰਨਾ ਕਿ ਦੁੱਧ ਸੱਜ ਚ ਬਾਕੀ ਇਹ ਮੱਝ ਉਧਰ ਦੀ ਹਰਿਆਣੇ ਦੀ ਆ ਭਾਵੇਂ ਇਦਾਂ ਹੀ ਥੱਲੇ ਬਹਿ ਜਾਓ ਗਾਵਾਂ ਨੂੰ ਅੱਛਾ ਬਹਿ ਕੇ ਦਿਖਾਈ ਦੋ ਇੱਕ ਵਾਰੀ ਠੀਕ ਹੈ ਜੀ ਧਾਰ ਦੇ ਕੇ ਹੁਣੇ ਭਾਵੇਂ ਪਸਮਾ ਲਓ ਇਦਾਂ ਹੀ ਪਸਮੂਗੀ ਅੱਛਾ ਹਾਂਜੀ ਹੁਣ ਤੇ ਚਲੋ ਇਹਨੇ ਕੀ ਪਸਮਨਾ ਵਾ ਠੀਕ ਹੈ ਜੀ ਠੰਡੀ ਧੀਰੀ ਆ ਕਹਿਣ ਦਾ ਭਾਵ ਇਹ ਆ ਤੇ ਇਹ ਦੁੱਧ ਕਿੰਨਾ ਚ ਵਾ ਦੋਗੀ ਇਹ ਦੁੱਧ ਵੀ 15-16 ਲੀਟਰ ਚ ਮੰਦੀ ਜਾਈ ਜੀ 15-16 ਲੀਟਰ ਚ ਵਾ ਦਿੰਦੀ ਸੂਆ ਕਿੰਨਵਾ ਜੇ ਦਾ ਇਹ ਦੂਜੇ ਸੂਏ ਸੋਣੀ ਜੀ ਅੱਛਾ ਤੇ ਇਹਦਾ ਕੀ ਮੁੱਲ ਜੇ ਇਹਦਾ ਮੁੱਲ ਵੀਰ ਭਾਵੇਂ 1.5 ਲੱਖ ਜੇ ਤਿਆਰ ਹੁੰਦੀ ਹੈ ਮੱਝ ਵੇਚ ਦਿੰਦੀ ਜਾਂ ਹਾਂਜੀ ਹਾਂਜੀ ਫਿਰ ਹੁਣ ਦੇ ਦਾਂਗੇ 80000 ਦੀ 80 ਦੀ ਹਾਂ ਉੱਚੋ ਕਰ ਦੋਗੇ ਮਾਨ ਕਰ ਦਾਂਗੇ ਮਾਨ 5000 ਦਾ ਦਾਂਗੇ 5000 ਹੋਰ ਕਰ ਦੋਗੇ 75 ਚ ਹੋਰ ਕਰ ਦੋਗੇ ਬਾਕੀ ਮੌਕੇ ਤੇ ਕੋਈ ਫੋਨ ਲਾਵੇ ਅੱਛਾ ਹੋ ਜਾਊਗਾ ਮਾਨ ਹੋ ਜਾਏਗਾ ਮਾਨ ਤਨ ਕਰ ਦਾਂਗੇ ਠੀਕ ਹੈ ਜੀ ਬਾਕੀ ਚੰਗੇ ਵੱਡੇ ਕੱਦ ਕਾਟਦੀ ਹੈ ਇਹ ਵੀ ਚੰਗੀ ਸਾਂਭੀ ਆ ਜੇ ਦੋ ਮਹੀਨੇ ਜਿਹੜੇ ਅਜੇ ਸੋਨ 'ਚ ਖੜਦੀ ਹੈ ਚਿਹਰੇ ਦੀ ਜਿਹੜੀ ਕਾਫੀ ਖੂਬਸੂਰਤ ਆ ਲੈ ਜਾ ਵੀਰ ਜੀ ਘੁਮਾਂਗੇ ਬਾਕੀ ਥਾਣੇ ਦੇ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਹੁਣ ਇੱਕ ਹੋਰ ਜਿਹੜੀ ਐਂਡ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਜਿਹੜੀ ਕਾਫੀ ਚੰਗੇ ਬੋਡੀ ਵੇਟ ਦੀ ਤੇ ਚੰਗੇ ਕੱਦ ਕਾਟਦੀ ਆ ਦੱਸੀਏ ਵੀਰ ਜੀ ਇਹਦੇ ਬਾਰੇ ਵੀ ਹਾਂਜੀ ਵੀਰ ਜੀ ਇਹ ਵੀ ਦੂਜੇ ਸੂਏ ਵੀਰ ਜੀ ਸੋਣੀ ਆ ਦੂਸਰਾ ਸੂਆ ਹੀ ਸੋਣੀ ਆ ਹਾਂਜੀ ਤੇ ਇਹਨੂੰ 18 ਤਰੀਕ ਦਾ 9ਵਾਂ ਮਹੀਨਾ ਲੱਗਾ ਅੱਛਾ ਹਾਂਜੀ ਤੇ ਇਹ ਕਿੰਨਾ ਦੁੱਧ ਚਵਾ ਦਿੰਦੀ ਜੀ ਇਹ ਵੀ ਵਿੱਚ 14-15 ਲੀਟਰ ਦੁੱਧ ਇਹਨੇ ਪਹਿਲੇ ਸੂਏ ਚਵਾਇਆ ਅੱਛਾ 14-15 ਲੀਟਰ ਇਹਨੇ ਵਿੱਚ ਨਾਰਮਲ ਸੇਵਾ ਹੈ ਜਿੰਨਾ ਕੋਈ ਅੱਛਾ ਹਾਂਜੀ ਇਹ ਤੀਜੇ ਥਾਂ ਗਾਂ ਆਪਣੇ ਕੋ ਆਈ ਹੈ ਅੱਛਾ ਹਾਂਜੀ ਕਿਸੇ ਵੀਰ ਨੇ ਤੋਕੜ ਗੱਬਨ ਲਈ ਹੈ ਅੱਛਾ ਤੋਕੜ ਗੱਬਨ ਤੋਂ ਫਿਰ ਗਾਂ ਤਿਆਰ ਹੋਈ ਹੈ ਹਾਂਜੀ ਹਾਂਜੀ ਤੇ ਇਹ ਆਰ ਕੀ ਕਿੰਨਾ ਦੁੱਧ ਚਵਾਇਆ ਜਿੰਨਾ ਕੋ ਪਹਿਲੇ ਥਾਂ ਸੀ ਉਹ ਆਂਦੇ 14-15 ਲੀਟਰ ਚਵਾਇਆ ਤਾਂ ਥੋੜਾ ਘਰ ਹਿਸਾਬ ਦਾ ਸੀ ਅੱਛਾ ਜਿੱਥੋਂ ਆਈ ਮਾੜੇ ਘਰੋਂ ਠੀਕ ਹੈ ਤੇ ਗਾਂ ਫਿਰ ਜਿੰਨਾ ਚੰਗਾ ਬੰਦਾ ਹੁੰਦਾ 18-19 ਲੀਟਰ ਵਾਲੀ ਮੈਂ ਆ ਅੱਛਾ 18-19 ਲੀਟਰ ਦੁੱਧ ਕਰ ਜੂਗੀ ਹਾਂਜੀ ਹਾਂਜੀ ਬਾਕੀ ਵੇਖੋ ਮਾਜ ਦਾ ਤੋੜ ਕੇ ਦਿਖਾਈਏ ਇੱਕ ਵਾਰੀ ਥਾਣੇ ਤੇ ਤੁਹਾਨੂੰ ਪਰਖਿਆ ਉਹਨੇ ਆਪੇ ਲੈ ਜਾਣੀ ਆ ਹਾਂ ਦੇਖ ਸਕਦੇ ਜੀ ਟਾਈਮ ਜਿਹੜਾ ਇਹ ਵੀ ਸੋਨ 'ਚ ਥੋੜ੍ਹਾ ਖੜਦੀ ਆ ਜੀ ਖੋਲੋ ਹਾਂ ਤੋੜੀ
डेढ़ महीना जिहड़ा कहिंदे कि जे सोन च खड़दी है, बाकी चंगे खुले ढांचे दी है जिहड़ी है। कोई वीर जिहड़ा कोई मझां तैयार कर लूगा ते तैयार करके जिहड़े चंगे पैसे वटाऊगियां। ਲੈ ਆਓ ਵੀਰ ਜੀ, ਤੇ ਇਹਦਾ ਕੀ ਮੁੱਲ ਜੇ ਵੀਰ ਜੀ? ਫਿਰ ਨੱਬੇ ਚ ਕਿੰਨਾ ਮਾਨ ਕਰ ਦੋਗੇ? 5000 ਹੀ ਕਰ ਦਾਂਗੇ ਅੱਜ। ਅੱਛਾ, 85 ਹਜ਼ਾਰ ਦੇ ਦਾਂਗੇ। ਮੱਝ ਜਿਹੜੀ ਆ 1,25,000 ਤੋਂ ਤਾਂ ਵਿਕੇਗੀ। 85 ਚ ਹੋ ਜਾਊਗਾ ਮਾਨ ਤਾਂ? ਹੋਰ ਥੋੜਾ ਪਤਾ ਹੋਊ ਨੀ ਕੀ, ਬਾਕੀ ਕੋਈ ਫੋਨ ਲਾਵੇ। ਅੱਛਾ, ਮੂਡ ਦਾ ਪਤਾ ਨਹੀਂ ਹੁੰਦਾ। ਅੱਛਾ, ਕਿੱਥੇ ਦੇ ਦੇਣੀ ਹੈ? ਦੇ ਦੇਣੀ ਹੈ, ਤੁਹਾਨੂੰ ਪਤਾ ਹੀ ਆ। ਠੀਕ ਹੈ ਜੀ, ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਜੀ? ਫਿਰ ਮੌਕੇ ਦਾ ਡਿਪੈਂਡ ਹੈ, ਤੁਹਾਨੂੰ ਪਤਾ ਹੀ ਕੀ ਪਾਣਾ। ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਖ ਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।